ਲਗਾਤਾਰ ਆਪਣੀ ਪਾਰਟੀ ਤੇ ਨਿਸ਼ਾਨਾ ਰੱਖ ਸੋਸ਼ਲ ਮੀਡੀਆ ਤੇ ਸਿੱਧੂ ਬੀਤੇ ਕੁਝ ਦਿਨਾਂ ਤੋਂ ਹਨੇਰੀ ਬਣ ਛਾਏ ਨੇ। ਬੇਅਦਬੀ ਮਾਮਲੇ ਤੇ ਸਿੱਧੂ ਲਗਾਤਾਰ ਸੱਤਾਧਾਰੀ ਕਾਂਗਰਸ ਤੇ ਕੈਪਟਨ ਨੂੰ ਘੇਰ ਰਹੇ ਨੇ। ਸਿੱਧੂ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਇਸ ਲਈ ਨਹੀਂ ਮਿਲੀ ਕਿਉਂਕਿ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਹੈ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਲੰਮੀ ਚੁੱਪੀ ਧਾਰੀ ਬੈਠੇ ਕੈਪਟਨ ਨੇ ਵੀ ਸਿੱਧੂ ਨੂੰ ਲਲਕਾਰ ਦਿੱਤਾ। ਕੈਪਟਨ ਨੇ ਤਾਂ ਇੱਕ ਹੀ ਬਿਆਨ 'ਚ ਜਿਵੇਂ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੋਵੇ। ਕੈਪਟਨ ਨੇ ਕਿਹਾ, ਮੇਰੇ ਖਿਲਾਫ ਲੜਨਾ ਹੈ ਤਾਂ ਸ਼ੌਕ ਨਾਲ ਲੜੋ। ਪਹਿਲਾਂ ਜੇਜੇ ਸਿੰਘ ਵੀ ਮੇਰੇ ਖਿਲਾਫ ਚੋਣ ਮੈਦਾਨ ਵਿੱਚ ਆਇਆ ਸੀ, ਜਿਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਹੀ ਹਾਲ ਸਿੱਧੂ ਦਾ ਵੀ ਹੋਣਾ ਹੈ। ਇੰਨਾ ਹੀ ਨਹੀਂ, ਸਿੱਧੂ ਨੂੰ ਪਾਰਟੀ 'ਚ ਡਿਪਟੀ CM ਜਾਂ ਪਾਰਟੀ ਪ੍ਰਧਾਨ ਬਣਾਏ ਜਾਣ ਤੋਂ ਵੀ ਕੈਪਟਨ ਨੇ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਸੁਨੀਲ ਜਾਖੜ ਪਾਰਟੀ ਪ੍ਰਧਾਨ ਵਜੋਂ ਬਹੁਤ ਵਧੀਆ ਕੰਮ ਕਰ ਰਹੇ ਨੇ, ਫਿਰ ਸਿੱਧੂ ਨੂੰ ਪਾਰਟੀ ਪ੍ਰਧਾਨ ਕਿਉਂ ਬਣਾਇਆ ਜਾਵੇ? ਅਤੇ ਡਿਪਟੀ CM ਬਣਨ ਲਈ ਬਹੁਤ ਸੀਨੀਅਰ ਲੀਡਰ ਕਾਂਗਰਸ ਵਿੱਚ ਪਏ ਨੇ, ਫਿਰ ਸਿੱਧੂ ਹੀ ਕਿਉਂ? ਕੈਪਟਨ ਨੇ ਕਿਹਾ ਕਿ ਸਿੱਧੂ ਸਿਰਫ 4 ਸਾਲ ਪਹਿਲਾਂ ਹੀ ਪਾਰਟੀ ਵਿੱਚ ਆਇਆ ਹੈ, ਫਿਰ ਸਿੱਧੂ ਨੂੰ ਕਿਵੇਂ ਉਹ ਇੰਨੀ ਵੱਡੀ ਜ਼ਿੰਮੇਵਾਰੀ ਸੌਂਪ ਦੇਣ? ਕੈਪਟਨ ਦੇ ਇਸ ਬਿਆਨ ਤੋਂ ਬਾਅਦ ਬਸ ਫਿਰ ਕੀ ਸੀ ਸਿੱਧੂ ਕਿੱਥੋਂ ਚੁੱਪ ਬੈਠਣ ਵਾਲੇ? ਸਿੱਧੂ ਨੇ ਟਵੀਟ ਰਾਹੀਂ ਸਿੱਧਾ ਕੈਪਟਨ ਨੂੰ ਸੁਨੇਹਾ ਲਗਾ ਦਿੱਤਾ। ਉਹਨਾਂ ਲਿਖਿਆ, ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫਲ ਹੋਣਗੇ। ਪੰਜਾਬ ਮੇਰੀ ਰੂਹ ਹੈ ਅਤੇ ਪੰਜਾਬ ਦੀ ਰੂਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਡੀ ਲੜਾਈ ਇਨਸਾਫ਼ ਅਤੇ ਦੋਸ਼ੀਆਂ ਨੂੰ ਦੰਡ ਦਿਵਾਉਣ ਦੀ ਹੈ। ਇਸ ਲੜਾਈ ਵਿੱਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ। ਇੰਨਾ ਹੀ ਨਹੀਂ, ਇਸ ਟਵੀਟ ਨੂੰ ਹਾਲੇ 1 ਘੰਟੇ ਦਾ ਹੀ ਸਮਾਂ ਹੋਇਆ ਸੀ, ਸਿੱਧੂ ਨੇ ਇੱਕ ਹੋਰ ਟਵੀਟ ਡਾਲ ਦਿੱਤਾ, ਜਿਸ ਵਿੱਚ ਸਿੱਧੂ ਨੇ ਲਿਖਿਆ, ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ, ਇਹ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ? ਅਗਵਾਈ 'ਤੇ ਸਵਾਲ ਹੈ, ਮਨਸ਼ਾ 'ਤੇ ਸਵਾਲ ਹੈ। ਸਿੱਧੂ ਦੇ ਧੜੱਲੇ ਨਾਲ ਇੱਕ ਤੋਂ ਬਾਅਦ ਇੱਕ ਟਵੀਟ ਨਾਲ ਸਿਆਸੀ ਬੁਖਾਰ ਚੜ੍ਹ ਗਿਆ। ਮੀਡੀਆ ਦੀਆਂ ਹੈੱਡਲਾਈਨਸ 'ਤੇ ਸਿੱਧੂ ਦਾ ਕੈਪਟਨ ਪੇਚਾ ਮੁੱਖ ਸੁਰਖੀਆਂ ਰਿਹਾ। ਸਿੱਧੂ ਤੇ ਕੈਪਟਨ ਦੀ ਇਸ ਜੰਗ ਦਾ ਅੰਤ ਕਦੋਂ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ, ਪਰ ਸਿੱਧੂ ਦਾ ਟਵਿੱਟਰ ਅੰਦਾਜ਼ ਸਿੱਧੂ ਨੂੰ ਪਾਰਟੀ 'ਚੋਂ ਲਾਂਭੇ ਵੀ ਕਰ ਸਕਦਾ ਹੈ। ਕਿਆ ਸਰਾਈਆਂ ਹਨ ਕਿ ਕੈਪਟਨ ਨਾਲ ਸਿੱਧੂ ਦਾ ਇਹ ਪੰਗਾ ਹੁਣ ਹਾਈਕਮਾਂਡ ਦੇ ਦਰਵਾਜ਼ੇ ਪਹੁੰਚਣ ਵਾਲਾ ਹੈ, ਜਿੱਥੋਂ ਕੋਈ ਵੀ ਫਰਮਾਨ ਜਲਦ ਆ ਸਕਦਾ ਹੈ।